ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਭਰਤੀ ਨੂੰ ਲੈ ਕੇ ਇੱਕ ਬਹੁਤ ਗੱਲ ਉੱਡ ਰਹੀ ਹੈ ਜੀ ਵੀ ਜਿਹੜੀ 2 ਮਈ ਨੂੰ ਸਟੂਡੈਂਟ ਨੇ ਉਹ ਸੀਐਮ ਕੋਠੀ ਨੂੰ ਠੀਕ ਹੈ ਜੀ ਸੰਗਰੂਰ ਧਰਨਾ ਲਗਾਉਣ ਜਾ ਰਹੇ ਨੇ ਤੇ ਹੁਣ ਆਪਾਂ ਉਸੇ ਬਾਰੇ ਗੱਲ ਕਰਨੀ ਹੈ ਜੀ ਵੀ ਇਹ ਗੱਲ ਸਹੀ ਹੈ ਜਾਂ ਗਲਤ ਸਭ ਤੋਂ ਪਹਿਲਾਂ ਤੁਹਾਡਾ ਜਾਦੇ ਟਾਈਮ ਨਾ ਖਰਾਬ ਕਰਦੇ ਹੋਏ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਜੀ ਦੇਖੋ ਕੋਠੀ ਦੇ ਅੱਗੇ ਜਾਣਾ ਤਾਂ ਤੁਸੀਂ ਜਾ ਵੀ ਸਕਦੇ ਹੋ ਤਾ ਮੇਨ ਗੱਲ ਹੈ ਜੀ ਵੀ ਤੁਸੀਂ ਹਲੇ 30 ਤਰੀਕ ਤੱਕ ਠੀਕ ਹੈ ਜੀ 30 ਅਪ੍ਰੈਲ ਤੱਕ ਵੇਟ ਕਰ ਲਓ ਤਾਂ ਜੋ ਜੇ ਜਾਣਾ ਵੀ ਹੋਇਆ ਆਪਾਂ ਠੀਕ ਹੈ ਆਪਣੇ ਕੋਲ 30 ਦਾ ਦਿਨ ਹੋ ਗਿਆ ਜੇ 30 ਤੱਕ ਕੋਈ ਅਪਡੇਟ ਆਉਂਦਾ ਤਾਂ ਆਪਾਂ ਦੇਖ ਲਾਂਗੇ ਜੇ ਕੋਈ ਅਪਡੇਟ ਨਹੀਂ ਆਇਆ ਤਾਂ 30 ਨੂੰ ਠੀਕ ਹੈ ਜੀ ਆਪਾਂ ਮੈਸੇਜ ਵਾਇਰਲ ਕਰਾਂਗੇ ਵਾਇਰਲ ਦਾ ਮਤਲਬ ਕਿ ਸਾਰਿਆਂ ਤੱਕ ਆਪਣੇ ਚੈਨਲ ਰਾਹੀਂ ਪਹੁੰਚਾਵਾਂਗੇ ਜੀ ਇਹ ਗੱਲ ਤੁਹਾਡੀ ਵੀ ਜਿਹੜੇ 2 ਤਰੀਕ ਤੱਕ ਸਾਰੇ ਬੱਚੇ ਉੱਥੇ ਇਕੱਠੇ ਹੋ ਜਾਣ ਠੀਕ ਹੈ ਬਾਕੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਆਪਣੇ ਫੁੱਲ ਸਪੋਰਟ ਹੈ ਜੀ ਤੁਹਾਡੇ ਨਾਲ ਜੇ ਕੋਈ ਵੀ ਤੁਹਾਨੂੰ ਠੀਕ ਹੈ ਜੀ ਪੁੱਛ ਪੁੱਛਣਾ ਤਾਂ ਸਾਨੂੰ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਜੀ ਲਾਸਟ ਵਾਰ ਇਹੀ ਤੁਹਾਨੂੰ ਰਾਏ ਦੇ ਰਿਹਾ ਵੀ ਜਿਹੜਾ 30 ਤਰੀਕ ਤੱਕ ਵੇਟ ਕਰ ਲਓ ਤੇ ਜੇ ਨਾ ਕੋਈ ਹੱਲ ਹੋਇਆ ਤਾਂ ਆਪਾਂ 2 ਮਈ ਨੂੰ ਠੀਕ ਹੈ ਜੀ ਜ਼ਰੂਰ ਸੰਗਰੂਰ ਪਹੁੰਚਾਂਗੇ ਤੇ ਤੁਹਾਡੇ ਸਾਥ ਜ਼ਰੂਰ ਦੇਵਾਂਗੇ ਠੀਕ ਹੈ ਇਸੇ ਤਰ੍ਹਾਂ ਦੀ ਅਪਡੇਟ ਲੈਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ